ਸ਼ੁਕਰ ਹੈ ਭਾਈ ਕੋਲ ਪੁੱਛ ਗਈ ਦੱਸ ਤੇ ਸ਼ਾਇਦ ਮੇਰਾ ਨੁਕਸਾਨ ਥੀ ਵੰਜਿਆ ਜੇ ਮੇਰਾ ਬੇਟਾ ਆ ਗਿਆ ਤੇ ਮੁਗਰੀ ਚਾਹੀਦਾ ਤੇ ਆਈਸ ਕ੍ਰੀਮ ਕੱਲ ਖਾ ਦੇ ਖੜੇ ਮੈਂ ਕੋ ਵੀ ਦਿਓ ਅੱਲਾ ਜਿਹੜਾ ਵੀ ਕਾ ਪਏ ਤੇ 1600 ਰੁਪਏ ਦੇ ਅੱਛਾ ਇਹ ਜਿਹੜਾ ਨੇੜੇ ਨੇੜੇ ਘਰ ਦੇ ਹਾਂ ਨੇੜੇ ਇਹ 1600 ਰੁਪਏ ਦੇ ਕਾ ਇੱਕ ਇਹ 81 82 ਬੋਰੀ ਦਾ ਹਾਈ ਅੱਛਾ ਬਕਸਾ ਜਿਹੜਾ ਘਰ ਦੇ ਨੇੜੇ 1600 ਦਾ ਹਾਂ 1600 ਤੇਰੀ ਮੂੰਜ ਦਾ ਮਾਹ ਰਮਜ਼ਾਨ ਲੱਗਾ ਤੇਰੀ ਮੂੰਜ ਦਾ ਮਾਹ ਰਮਜ਼ਾਨ ਲੱਗਾ ਮੇਰੀ ਸੋਚ ਇਹ ਗਈ ਹੈ ਹੁਕਮ ਦੋਸਤੋ ਹਾਜ਼ਰ ਹਾਂ ਨਵੀਂ ਵੀਡੀਓ ਦੇ ਨਾਲ ਦੋਸਤੋ ਸਵੇਰੇ ਸਵੇਰੇ ਮੈਂ ਆਪਣੀ ਦੁਕਾਨ ਤੇ ਵੈਂਦਾ ਪਿਆ ਤੇ ਮੇਰਾ ਆਵੜੇ ਬਣੇ ਜਾ ਇਹਨਾਂ ਦੀ ਇਹ ਆਈਸਕ੍ਰੀਮ ਦੀ ਦੁਕਾਨ ਤੇ ਆਈਸਕ੍ਰੀਮ ਮਾਮੇ ਵਾਸਤੇ ਕਿਦੀ ਵਧਾਈ ਇਹ ਸ਼ਪੈਕਿਨ ਆਈਸਕ੍ਰੀਮ ਦੇ ਇਧਰ ਆਓ ਉਹਦੀ ਖਾਵਾ ਚਾਹੀ ਦਾ ਚਿਹਰਾ ਇਹ ਭਾਂਜਾ ਮੈਂ ਦਾ ਆਈਸਕ੍ਰੀਮ ਕਿੱਥੋਂ ਲੈਂਦੇ ਹੋ ਮੇਨ ਬਾਜ਼ਾਰ ਦੇ ਵਿੱਚ ਜੀ ਅਗਰ ਤੁਸੀਂ ਖਾਣੀ ਹੋਵੇ ਆਈਸਕ੍ਰੀਮ ਤਾਂ ਇਹਨਾਂ ਕੋਲ ਖਾ ਸਕਦੇ ਹੋ ਕੁਲਫੇ ਟਾਈਪ ਆਈਸਕ੍ਰੀਮ ਹੈ ਬੜਾ ਜ਼ਬਰਦਸਤ ਟੇਸਟ ਹੈ ਲੇਕਿਨ ਇਹ ਪਹਿਲੇ ਕੁਝ ਚੈੱਕ ਕਰੇ ਨੇ ਅੱਲਾ ਮਾਸ਼ਾ ਅੱਲਾ ਅਬੂ ਬਕਰ ਖਾਣੇ ਹੋਏ ਉਰੇ ਆ ਅਬੂ ਬਕਰ ਉਰੇ ਆ ਪੰਜ ਤਾਂ ਸਹੀ ਆ ਉਰੇ ਆ ਜੇ ਮੇਰਾ ਬੇਟਾ ਆ ਗਿਆ ਤੇ ਇਹ ਮੁਗਰੀ ਚਾਹੀਦਾ ਤੇ ਆ ਆਈਸਕ੍ਰੀਮ ਕੱਲੇ ਖਾਣੇ ਖੜੇ ਵੇ ਮੈਂ ਕੋ ਵੀ ਦਿਓ ਤੇ ਗੁਰੇ ਹਾਂ ਇੱਕ ਓਏ ਚੱਲ ਗੇਨ ਵਾਈ ਬਸ ਚੱਲ ਗੇਨ ਵਾਈ ਗੇਨ ਵਾਈ ਬਸ ਪਹੁੰਚੇ ਯਾਦਵ ਤੂੰ ਹੈ ਕਿ ਹਕੀਕਤ ਮੇ ਸਨਾਤੇ ਦਿਗੇ ਔਰ ਉਸਲ ਤੇਰਾ ਹੈ ਕਿ ਹਸੀਨੋਂ ਮੇ ਅਦਾਤੇ ਦਿਗੇ ਪਾਣੀ ਅਲਗ ਕੂਲਰ ਭਰ ਕੇ ਨੂੰ ਉਸਤਾਦ ਜੀ ਪਾਣੀ ਦਾ ਭਰ ਦਿਓ ਹਾਏ ਤੂੰ ਪਠਾਨ ਤੂੰ ਕਿੰਨੇ ਆਇਆ ਉਹਦਾ ਇੱਕ ਮਿੰਟ ਬਾਈ ਉਸਤਾਦ ਜੀ ਦੇ ਥੋੜ੍ਹਾ ਪਾਣੀ ਪਾਵੇ ਨਾ ਦੇ ਜਾ ਬਾਈ ਮੇਰੀ ਜੇਬ ਵਿੱਚ ਪਾ ਰਹੀ ਹੈ ਮੇਰੀ ਜੇਬ ਵਿੱਚ ਪਾ ਰਹੀ ਮਿਹਰਬਾਨੀ ਯਾਰ ਸ਼ੁਕਰੀਆ ਨਵਾਜ਼ਿਸ਼ ਓਏ ਮਿਹਰਬਾਨੀ ਬੋਏ ਬੋਏ ਤੇਰੇ ਕੋਲ ਤਾਂ ਇਹ ਸੋਹਣੇ ਨੇ ਚਾਚਾ ਹੈ ਬੇਟੇ ਚਾਚਾ ਦੇ ਕੋਲ ਤਾਂ ਜ਼ਿਆਦਾ ਸੋਹਣੇ ਬੋਏ ਬੋਏ ਬੋਲੋ ਉਹ ਬਸ ਕਾਫੀ ਹੋ ਗਏ ਕਾਫੀ ਹੋ ਗਏ ਕਾਫੀ ਹੋ ਗਏ ਮੰਜ਼ਰ ਦੇਖੋ ਨਾ ਸੂਰਜ ਇਹ ਬੱਦਲ ਇਨ ਕਾਲੇ ਕਾਲੇ ਫਸਲਾਂ ਅਕਸਰ ਕੱਟੀ ਚੁੱਕੀਆਂ ਇਨ ਤੇ ਦੇਖੋ ਤਕਰੀਬਨ ਫਸਲਾਂ ਕੱਟੀ ਚੁੱਕੀਆਂ ਇਹ ਬਾਲ ਸ਼ਾਲ ਸਕੂਲ ਵਾਲੇ ਪਾਸੇ ਵੈਂਦੇ ਪੈਣ ਸਵੇਰ ਸਵੇਰ ਦਾ ਟਾਈਮ ਹੈ ਅਤੇ ਮੈਂ ਵੱਧ ਵੈਦਾ ਪੀਆਂ ਆਪਣੇ ਸਾਬਕਾ ਰੂਟੀਨ ਦੇ ਉੱਤੇ ਵਰਜਿਸ਼ ਦੇ ਉੱਤੇ ਅਤੇ ਸੂਰਜ ਵੀ ਤਲੂ ਹੋ ਚੁੱਕਾ ਹੈ ਸਾਹਮਣੇ ਖੂਬਸੂਰਤ ਬੂਟੀ ਦੇਖੋ ਫੁੱਲ ਮਾਸ਼ਾ ਅੱਲਾ ਅਤੇ ਅੱਜ ਦੇ ਸਾਰੇ ਸੀਨ ਤੁਹਾਡੇ ਨਾਲ ਸ਼ੇਅਰ ਕਰੇ ਸੋ ਬੱਚੇ ਸਕੂਲਾਂ ਵਾਲੇ ਪਾਸੇ ਵਹਿੰਦੇ ਪੈਣ ਰਿਕਸ਼ਾਂ ਦੇ ਉੱਤੇ ਪੈਦਲ ਅਤੇ ਇਹੋ ਦੌਰ ਅਸਾਂ ਆਪਣੇ ਬਚਪਨ ਦੇ ਵਿੱਚ ਦੇਖ ਚੁੱਕੇ ਹਾਂ ਫਸਲਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਔਰ ਇਨਸ਼ਾ ਅੱਲਾ 15 ਦਿਹਾੜਾਂ ਤੋਂ ਪਹਿਲੇ ਪਹਿਲੇ ਜਿਤਨੀਆਂ ਵੀ ਫਸਲਾਂ ਹਨ ਕੱਟੀ ਕੇ ਦਾਣੇ ਛਾਣੇ ਸਾਰੇ ਘਰਾਂ ਦੇ ਵਿੱਚ ਆਵੇ ਸਨ ਤੇ ਜਿਹੜਾ ਘਰਾਂ ਦੇ ਨਾਲ ਪੀਏ ਇਹ ਤਾਂ ਹੁਣ ਸਾਡੇ ਨਾਲ ਵਾਲਾ ਜਿਹੜਾ ਵਿਕਾ ਪਏ ਤਾਂ 1600 ਰੁਪਏ ਦੇ ਅੱਛਾ ਇਹ ਜਿਹੜਾ ਨੇੜੇ ਨੇੜੇ ਘਰ ਦੇ ਇਹ 1600 ਰੁਪਏ ਵਿਕਾ ਤੇ 81 82 ਬੋਰੀ ਦਾ ਹਾਈ ਅੱਛਾ ਮਕਸਦ ਇਹ ਘਰ ਦੇ ਨੇੜੇ 1600 ਦਾ ਹਾਂ 1600 ਅੱਛਾ 1500 1600 ਤੇ ਤੁਸੀਂ ਡੋਈ ਕਿਵੇਂ ਗਿੰਦੇ ਉਹਦੇ ਅਸਾਂ ਡੋਈ ਗਿੰਦੇ ਪਏ ਇਹ ਇੱਥੋਂ ਜੇਸੂ ਇੱਥਾਂ ਨਾਲ ਨਾਲੋਂ ਸੱਟੇ ਸੂ ਹਾਂ ਬਾਵੇਂ ਸਿਰ ਤੇ ਜਾ ਕੇ ਸੱਟਣਾ ਕੋਸੀ ਹਾਂ 200 ਰੁਪਿਆ ਅੱਛਾ 200 ਰੁਪਿਆ ਗੜੜੀ ਰੇੜੀ ਬੋਰੀ ਦਾ ਅੱਛਾ ਬੋਰੀ ਦਾ ਬੋਰੀ ਦੀ ਢੁਆਈ ਦਾ ਗੰਨੀਆਂ ਤੇ ਬਾਵੇਂ ਨਿਕਲਣ ਚਾਰ ਹਾਂ ਤੁਹਾਡਾ 200 ਪੱਕਾ ਹੈ 200 ਬੋਰੀ ਨਾਲ ਕੋ ਜੀਵੇ ਤੇ ਬਾਵੇਂ ਮਰੇ ਤੁਹਾਰੇ ਪੰਜ ਖਰੇ ਅੱਛਾ ਬਾਕੀ ਸਾਡਾ ਇਹ ਜਨਾਬ
20 ਬੋਰੀਆਂ ਦੇ 30 ਦੇ ਪਰੇ ਦਾ ਹੈ ਤਾਂ ਵਾ ਸਾਡਾ ਰੇਟ ਵਾਧੂ ਸੀ ਰੇੜੀਆਂ ਤੇ ਇਹ ਨਾ ਫਿਰ ਹਾਂ ਟਾਈਮ ਹੀ ਤਾਂ ਜ਼ਿਆਦਾ ਲੱਗ ਸੀ ਚੱਕਰ ਤਰਾ ਚੱਕਰ ਉਨਤੇ ਦੇ ਸੁ ਜਨਾ ਵਿਕੋ ਜਗੋ ਹਾਂ ਮਕਸਦ ਇਹ ਦਿਹਾੜੀ ਤੁਹਾਡੀ ਚੰਗੀ ਬਣਦੀ ਪਈ ਹੈ ਹਾਂ ਹਾਂ ਸ਼ੁਕਰ ਦੀਵਾਰ ਦਾ ਕਿਤਨਾ 2000 ਕਮਾ ਕੇ ਦੇ 2500 ਚਲੋ ਸ਼ੁਕਰ ਅਲਹਮਦੁਲਿਲਾ ਠੀਕ ਹੈ ਜੀ ਇਹ ਰੇੜੀ ਵਾਲਾ ਤੇ ਇਹ ਭੂਸਾ ਜਿਹੜਾ ਹੈ ਨਾ ਚੈਂਦਨ ਲੋਕਾਂ ਦੇ ਘਰਾਂ ਪੁੱਛੈਂਦੇ ਨਾ ਕੋ ਰੇਟ ਪੁੱਛਦਾ ਪਿਆ ਮੈਂ ਤਾਂ ਇਹ ਫਰਮਾਉਂਦੇ ਪੈਣ ਕਿ ਜਿਹੜਾ ਘਰਾਂ ਦੇ ਨੇੜੇ ਪੀਏ ਨਾ ਉਹ ਹੈ 1600 ਰੁਪਏ ਮਹਿਕ ਬਾਈ ਭਾਈ ਕੋਲ ਪੁੱਛੇ ਤਾਂ ਉਹ ਆ ਕੇ 1700-1800 ਰੁਪਏ ਵੀ ਹੈ ਅਤੇ ਜਿਹੜਾ ਦੂਰ ਹੈ ਉਹ 1200-1300 ਰੁਪਏ ਵੱਧ ਤੋਂ 54 ਦਾ ਖਰਚਾ ਹੀ ਪੈ ਪੈਂਦਾ ਚੰਗਾ ਵਾਲਾ ਮਸਲਾ ਬਣ ਪੈਂਦਾ ਅੱਛਾ ਇਹ ਰੇਟ ਹੀ ਵੇ ਸਾਡੇ ਦਿਹਾਤੀ ਇਲਾਕਾਂ ਦਾ ਇੱਥਾਂ ਭੂਸਾ ਸਸਤਾ ਹੈ ਲੇਕਿਨ ਜਿਹੜਾ ਬੱਖਰ ਹੈ ਸਾਡਾ ਜਾਂ ਸ਼ਹਿਰੀ ਇਲਾਕਾ ਹਨ ਉਹ ਤਾਂ ਭੂਸਾ ਮਹਿੰਗੇ ਹੋ ਸਕਦਾ 2000 ਦੇ ਕਰੀਬ ਦਾ ਰੇਟ ਬੱਖਰ ਦਾ ਹੋਵੇ ਜਾਂ ਬੱਖਰ ਦੇ ਗਿਰਦੋ ਨਵਾਹ ਜਿਹੜੇ ਨੇੜੇ ਨੇੜੇ ਦੇ ਇਲਾਕੇ ਨੇ ਕਿਉਂਕਿ ਉੱਥਾਂ ਜ਼ਮੀਨਾਂ ਹਨ ਕੋ ਨਾ ਅਤੇ ਉੱਥਾਂ ਭੂਸਾ ਕਿੱਲਾ ਦੇ ਨਾਲ ਹੈ ਥੋੜ੍ਹਾ ਮਿਲਦਾ ਜਿਹੜੇ ਮੇਰੇ ਰੈਗੂਲਰ ਵਿਊਅਰ ਹਨ ਨਾ ਉਹਨਾਂ ਕੋਲ ਪਤਾ ਵਿਆਸਾ ਆਪਣੇ ਗੰਦਮ ਦੀ ਥ੍ਰੈਸ਼ਿੰਗ ਕਰਾ ਕੇ ਦੀਏ ਅਤੇ ਮੈਂ ਭੂਸਾ ਵੇਚਣਾ ਹੈ ਭੂਸਾ ਮੈਂ ਉਹਨਾਂ ਕੋਲ ਆਖ ਤਾਂ ਛੋੜੇ ਵਿੱਚ ਆ ਗਿੰਦੋ ਲੇਕਿਨ ਮੈਂ ਕੋਈ ਰੇਟ ਕਨਫਰਮ ਨਹੀਂ ਥੀਂਦਾ ਪਿਆ ਤਾਂ ਸ਼ੁਕਰ ਹੈ ਭਾਈ ਕੋਲ ਪੁੱਛ ਗਈ ਦੱਸ ਇਹ ਭੂਸੇ ਦਾ ਰੇਟ ਨਹੀਂ ਤਾਂ ਸ਼ਾਇਦ ਮੇਰਾ ਨੁਕਸਾਨ ਥੀ ਵੰਜਿਆ ਹੁਣ ਇਤਨਾ ਅੰਦਾਜ਼ਾ ਥੀ ਗਿਆ ਕਿ ਦਿਹਾਤੀ ਇਲਾਕੇ ਦੇ ਵਿੱਚ ਜਿਹੜਾ ਕਰੀਬ ਦਾ ਭੂਸਾ ਹੈ ਉਹ ਤਕਰੀਬਨ 1600 ਰੁਪਏ ਬੋਰੀ ਦੇ ਹਿਸਾਬ 'ਤੇ ਔਰ ਜਿਹੜਾ ਸ਼ਹਿਰ ਦੇ ਨਜ਼ਦੀਕ ਜਾਂ ਸ਼ਹਿਰ ਦੇ ਵਿੱਚ ਪੀਏ ਤਾਂ ਉਹ ਤਕਰੀਬਨ 2000 ਦੇ ਕਰੀਬ ਦਾ ਰੇਟ ਹੈ ਹੁਣ ਇਨਸ਼ਾਅੱਲਾ ਸਗੋਂ ਰੇਟ ਦਾ ਪਤਾ ਲੱਗ ਗਈ ਹੈ ਅਤੇ ਹੁਣ ਨੁਕਸਾਨ ਤੋਂ ਬਚ ਗਏ ਦੋਸਤੋ ਦੂ ਦਿਹਾੜੇ ਪਹਿਲੇ ਨਾ ਇੱਕ ਮੈਂ ਦੋਸਤ ਹਨ ਕਰਾਚੀ ਕੰਮ ਕਰਨ ਅਤੇ ਉਹ ਮਿਲਣ ਵੱਧ ਮੇਰਾ ਰੂਹ ਮੰਗਦਾ ਪਿਆ ਹੈ ਉਹਨਾਂ ਨਾਲ ਗੁਫ਼ਤਗੂ ਕਰਨ 'ਤੇ ਅਚਾਨਕ ਇੱਕ ਸ਼ੇਰ ਯਾਦ ਆ ਗਈ ਹੈ ਕਿ ਤੇਰੀ ਮੂੰਝ ਦਾ ਮਾਹ ਰਮਜ਼ਾਨ ਲੱਗਾ ਤੇਰੀ ਮੂੰਝ ਦਾ ਮਾਹ ਰਮਜ਼ਾਨ ਲੱਗਾ ਮੇਰੀ ਸੋਚ ਇੱਥੇ ਕਾਫੀ 'ਚ ਬਹਿ ਗਈ ਹੈ ਹੰਝ ਥਈ ਮਸਰੂਫ ਤਰਾਵੀਆਂ ਵਿੱਚ ਅੱਖ ਸਜਦੇ ਦੇ ਵਿੱਚ ਡਹਿ ਗਈ ਹੈ ਤਾਂ ਮੇਰਾ ਖਿਆਲ ਹੈ ਉਹਦੀ ਯਾਦਾਸ਼ਤ ਵਾਸਤੇ ਇਹ ਸ਼ੇਰ ਕਾਫੀ ਹੈ ਅੱਜ ਤਿਉਹਾਰ ਹੈ ਨਮਾਜ਼ ਜੁਮਾ ਦੀ ਨਮਾਜ਼ ਜੁਮਾ 'ਤੇ ਬਹਿਦੇ ਪਏ ਹੈ ਇਜਾਜ਼ਤ ਦੇ ਸੋ ਅੱਲਾ ਹਾਫਿਜ਼